31 ਸਾਲ ਬਾਅਦ ਇਨਸਾਫ ਜੀ, ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ। ਤਰਨਤਾਰਨ ਨਾਲ ਸੰਬੰਧਿਤ 31 ਸਾਲ ਪੁਰਾਣੇ ਝੂਠੇ ਮੁਕਾਬਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ। ਮੋਹਾਲੀ ਦੀ CBI ਵਿਸ਼ੇਸ਼ ਅਦਾਲਤ ਨੇ ਅੱਜ ਸਜ਼ਾ ਸੁਣਾਈ ਹੈ। ਵੀਰਵਾਰ ਨੂੰ ਵਿਸ਼ੇਸ਼ CBI ਅਦਾਲਤ ਨੇ ਜੱਜ RK ਗੁਪਤਾ ਨੇ ਪੰਜਾਬ ਪੁਲਿਸ ਦੇ ਸਾਬਕਾ DIG ਦਿਲਬਾਗ ਸਿੰਘ, ਸੇਵਾ ਮੁਕਤ DSP ਗੁਰਬਚਨ ਸਿੰਘ ਨੂੰ ਝੂਠੇ ਮੁਕਾਬਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਅਤੇ ਅੱਜ ਸਜ਼ਾ ਸੁਣਵਾਈ ਹੈ। ਇਸੇ ਦੌਰਾਨ ਮਾਮਲੇ ਦੇ ਸ਼ਿਕਾਇਤਕਰਤਾ ਦੀ ਦੱਸਦੀਏ ਕਿ ਪਹਿਲਾਂ ਹੀ ਮੌਤ ਹੋ ਗਈ ਹੈ। ਇਸ ਮਾਮਲੇ 'ਤੇ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਇਨਸਾਫ ਦੇ ਲਈ ਲਗਾਤਾਰ ਲੰਮੀ ਲੜਾਈ ਲੜੀ ਗਈ। ਗੁਲਸ਼ਨ ਕੁਮਾਰ ਵਾਸੀ ਜੰਡਾਲਾ ਰੋਡ ਤਰਨ ਤਾਰਨ ਜੋ ਫਲ ਵੇਚਣ ਦਾ ਕੰਮ ਕਰਦਾ ਸੀ। ਇਹ ਮਾਮਲਾ ਗੁਲਸ਼ਨ ਕੁਮਾਰ ਦੇ ਪਿਤਾ ਚਮਨ ਲਾਲ ਦੀ ਸ਼ਿਕਾਇਤ 'ਤੇ 1996 ਦੇ ਵਿੱਚ ਦਰਜ ਕੀਤਾ ਗਿਆ। ਉਸਨੇ ਸ਼ਿਕਾਇਤ ਦੇ ਵਿੱਚ ਕਿਹਾ ਸੀ ਕਿ 22 ਜੂਨ 1993 ਨੂੰ ਤਰਨ ਤਾਰਨ ਪੁਲਿਸ ਦੀ ਟੀਮ DSP ਦਿਲਬਾਗ ਸਿੰਘ ਜੋ DIG ਦੇ ਅਹੁਦੇ 'ਤੇ ਸੇਵਾ ਮੁਕਤ ਹੋਏ, ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਲੜਕੇ ਨੂੰ ਜਬਰੀ ਚੁੱਕ ਕੇ ਲੈ ਗਏ। ਉਹ ਆਪਣੇ ਦੋ ਪੁੱਤਰਾਂ ਪ੍ਰਵੀਨ ਕੁਮਾਰ ਅਤੇ ਬੌਬੀ ਕੁਮਾਰ ਨੂੰ ਵੀ ਆਪਣੇ ਨਾਲ ਲੈ ਗਏ, ਪਰ ਕੁਝ ਦਿਨਾਂ ਬਾਅਦ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਗੁਲਸ਼ਨ ਨੂੰ ਰਿਹਾਅ ਨਹੀਂ ਕੀਤਾ ਗਿਆ। ਇੱਕ ਮਹੀਨੇ ਬਾਅਦ 22 ਜੁਲਾਈ 1993 ਨੂੰ ਉਸਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ। ਉਸਨੇ ਦੋਸ਼ ਲਾਇਆ ਕਿ ਪੁਲਿਸ ਨੇ ਬਿਨਾਂ ਦੱਸੇ ਉਸਦੇ ਲੜਕੇ ਦੀ ਲਾਸ਼ ਦਾ ਸੰਸਕਾਰ ਵੀ ਕਰ ਦਿੱਤਾ। ਤਾਂ ਸੋਚ ਸਕਦੇ ਹਾਂ ਕਿ ਕਿਵੇਂ 31 ਸਾਲ ਬਾਅਦ ਹੁਣ ਉਹਨਾਂ ਨੂੰ ਇਨਸਾਫ ਮਿਲਿਆ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤਕਰਤਾ ਦੀ ਵੀ ਮੌਤ ਹੋ ਗਈ ਹੈ। ਇਹ ਵੀ ਦੱਸਿਆ ਕਿ ਮਾਮਲੇ ਦੇ ਵਿੱਚ 31 ਲੋਕਾਂ ਦੀ ਗਵਾਹੀ ਦਿੱਤੀ ਗਈ ਸੀ। CBI ਦੀ ਜਾਂਚ ਰਿਪੋਰਟ ਨੇ ਸਪਸ਼ਟ ਕੀਤਾ ਸੀ ਕਿ ਗੁਰਬਚਨ ਸਿੰਘ ਜੋ ਉਸ ਸਮੇਂ ਸਬ ਇੰਸਪੈਕਟਰ ਸਨ ਅਤੇ ਤਰਨ ਤਾਰਨ ਸਿਟੀ ਥਾਣੇ ਦੇ ਵਿੱਚ SHO ਵਜੋਂ ਤੈਨਾਤ ਸਨ, ਉਸਨੇ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਰੱਖਿਆ ਸੀ। ਇਸ ਮਾਮਲੇ ਦੇ ਵਿੱਚ ਸੁਣਾਈ ਦੌਰਾਨ ਅਰਜਨ ਸਿੰਘ, ਦਵਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਸ ਕੇਸ ਦੇ ਵਿੱਚ 32 ਗਵਾਹਾਂ ਦਾ ਹਵਾਲਾ ਵੀ ਦਿੱਤਾ ਗਿਆ ਸੀ, ਪਰ ਕੇਸ ਦੇ ਵਿੱਚ 15 ਲੋਕਾਂ ਨੇ ਗਵਾਹੀ ਦਿੱਤੀ ਸੀ। ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਚਮਨ ਲਾਲ ਦੀ ਹੁਣ ਮੌਤ ਵੀ ਹੋ ਚੁੱਕੀ ਹੈ। 31 ਸਾਲ ਬਾਅਦ ਇਨਸਾਫ ਜੀ, ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ। ਤਰਨ ਤਾਰਨ ਨਾਲ ਸੰਬੰਧਿਤ 31 ਸਾਲ ਪੁਰਾਣੇ ਝੂਠੇ ਮੁਕਾਬਲੇ ਦੇ ਵਿੱਚ ਅੱਜ ਸੁਣਵਾਈ ਹੋਈ ਹੈ। ਮੋਹਾਲੀ ਦੀ CBI ਵਿਸ਼ੇਸ਼ ਅਦਾਲਤ ਨੇ ਅੱਜ ਸਜ਼ਾ ਸੁਣਾਈ ਹੈ। ਵੀਰਵਾਰ ਨੂੰ ਵਿਸ਼ੇਸ਼ CBI ਅਦਾਲਤ ਨੇ ਜੱਜ RK ਗੁਪਤਾ ਨੇ ਪੰਜਾਬ ਪੁਲਿਸ ਦੇ ਸਾਬਕਾ DIG ਦਿਲਬਾਗ ਸਿੰਘ, ਸੇਵਾ ਮੁਕਤ DSP ਗੁਰਬਚਨ ਸਿੰਘ ਨੂੰ ਝੂਠੇ ਮੁਕਾਬਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਅਤੇ ਅੱਜ ਸਜ਼ਾ ਸੁਣਵਾਈ ਹੈ। ਇਸੇ ਦੌਰਾਨ ਮਾਮਲੇ ਦੇ ਸ਼ਿਕਾਇਤਕਰਤਾ ਦੀ ਦੱਸਦੀਏ ਕਿ ਪਹਿਲਾਂ ਹੀ ਮੌਤ ਹੋ ਗਈ ਹੈ। ਇਸ ਮਾਮਲੇ 'ਤੇ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਇਨਸਾਫ ਦੇ ਲਈ ਲਗਾਤਾਰ ਲੰਮੀ ਲੜਾਈ ਲੜੀ ਗਈ। ਗੁਲਸ਼ਨ ਕੁਮਾਰ ਵਾਸੀ ਜੰਡਾਲਾ ਰੋਡ ਤਰਨ ਤਾਰਨ ਜੋ ਫਲ ਵੇਚਣ ਦਾ ਕੰਮ ਕਰਦਾ ਸੀ। ਇਹ ਮਾਮਲਾ ਗੁਲਸ਼ਨ ਕੁਮਾਰ ਦੇ ਪਿਤਾ ਚਮਨ ਲਾਲ ਦੀ ਸ਼ਿਕਾਇਤ 'ਤੇ 1996 ਦੇ ਵਿੱਚ ਦਰਜ ਕੀਤਾ ਗਿਆ। ਉਸਨੇ ਸ਼ਿਕਾਇਤ ਦੇ ਵਿੱਚ ਕਿਹਾ ਸੀ ਕਿ 22 ਜੂਨ 1993 ਨੂੰ ਤਰਨ ਤਾਰਨ ਪੁਲਿਸ ਦੀ ਟੀਮ DSP ਦਿਲਬਾਗ ਸਿੰਘ ਜੋ DIG ਦੇ ਅਹੁਦੇ 'ਤੇ ਸੇਵਾ ਮੁਕਤ ਹੋਏ, ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਲੜਕੇ ਨੂੰ ਜਬਰੀ ਚੁੱਕ ਕੇ ਲੈ ਗਏ। ਉਹ ਆਪਣੇ ਦੋ ਪੁੱਤਰਾਂ ਪ੍ਰਵੀਨ ਕੁਮਾਰ ਅਤੇ ਬੌਬੀ ਕੁਮਾਰ ਨੂੰ ਵੀ ਆਪਣੇ ਨਾਲ ਲੈ ਗਏ, ਪਰ ਕੁਝ ਦਿਨਾਂ ਬਾਅਦ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਗੁਲਸ਼ਨ ਨੂੰ ਰਿਹਾਅ ਨਹੀਂ ਕੀਤਾ ਗਿਆ। ਇੱਕ ਮਹੀਨੇ ਬਾਅਦ 22 ਜੁਲਾਈ 1993 ਨੂੰ ਉਸਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ। ਉਸਨੇ ਦੋਸ਼ ਲਾਇਆ ਕਿ ਪੁਲਿਸ ਨੇ ਬਿਨਾਂ ਦੱਸੇ ਉਸਦੇ ਲੜਕੇ ਦੀ ਲਾਸ਼ ਦਾ ਸੰਸਕਾਰ ਵੀ ਕਰ ਦਿੱਤਾ। ਤਾਂ ਸੋਚ ਸਕਦੇ ਹਾਂ ਕਿ ਕਿਵੇਂ 31 ਸਾਲ ਬਾਅਦ ਹੁਣ
ਉਹਨਾਂ ਨੂੰ ਇਨਸਾਫ ਮਿਲਿਆ। ਹਾਲਾਂਕਿ ਦੱਸਿਆ ਜਾ ਰਿਹਾ ਕਿ ਸ਼ਿਕਾਇਤਕਰਤਾ ਦੀ ਵੀ ਮੌਤ ਹੋ ਗਈ ਹੈ। ਇਹ ਵੀ ਦੱਸੀ ਕਿ ਮਾਮਲੇ ਦੇ ਵਿੱਚ 31 ਲੋਕਾਂ ਦੀ ਗਵਾਹੀ ਦਿੱਤੀ ਗਈ ਸੀ। CBI ਦੀ ਜਾਂਚ ਰਿਪੋਰਟ ਨੇ ਸਪਸ਼ਟ ਕੀਤਾ ਸੀ ਕਿ ਗੁਰਬਚਨ ਸਿੰਘ ਜੋ ਉਸ ਸਮੇਂ ਸਬ ਇੰਸਪੈਕਟਰ ਸਨ ਅਤੇ ਤਰਨ ਤਾਰਨ ਸਿਟੀ ਥਾਣੇ ਦੇ ਵਿੱਚ SHO ਵਜੋਂ ਤੈਨਾਤ ਸਨ, ਉਸਨੇ ਗੁਲਸ਼ਨ ਕੁਮਾਰ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਰੱਖਿਆ ਸੀ। ਇਸ ਮਾਮਲੇ ਦੇ ਵਿੱਚ ਸੁਣਾਈ ਦੌਰਾਨ ਅਰਜਨ ਸਿੰਘ, ਦਵਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਸ ਕੇਸ ਦੇ ਵਿੱਚ 32 ਗਵਾਹਾਂ ਦਾ ਹਵਾਲਾ ਵੀ ਦਿੱਤਾ ਗਿਆ ਸੀ, ਪਰ ਕੇਸ ਦੇ ਵਿੱਚ 15 ਲੋਕਾਂ ਨੇ ਗਵਾਹੀ ਦਿੱਤੀ ਸੀ। ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਚਮਨ ਲਾਲ ਦੀ ਹੁਣ ਮੌਤ ਵੀ ਹੋ ਚੁੱਕੀ ਹੈ।